ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਬੀਤੇ ਦਿਨੀ ਅਪਰਾ ਦੇ ਡਾਕਟਰ ਅੰਬੇਦਕਰ ਮੁਹੱਲਾ ਤੇ ਢਾਬ ਵਾਲਾ ਮੁਹੱਲਾ ਵਿਖੇ ਘਰਾਂ ਦੇ ਉੱਪਰੋਂ ਗੁਜਰਦੀਆਂ ਹਾਈ ਵੋਲਟੇਜ ਤਾਰਾਂ ਨੂੰ ਹਟਾਉਣ ਨੂੰ ਲੈ ਕੇ ਬਿਜਲੀ ਬੋਰਡ ਅਪਰਾ ਅੱਗੇ ਧਰਨਾ ਦਿੱਤਾ ਗਿਆ ਸੀ। ਉਸ ਸਮੇਂ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੇ 20 ਦਿਨਾਂ ਦੇ ਅੰਦਰ ਅੰਦਰ ਤਾਰਾਂ ਚੁਕਵਾਉਣ ਦਾ ਵਾਅਦਾ ਕੀਤਾ ਸੀ, ਪਰੰਤੂ ਹੁਣ 1 ਮਹੀਨਾ ਬੀਤ ਜਾਣ ਤੇ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਸੰਬੰਧੀ ਅੱਜ ਅਪਰਾ ਵਿਖੇ ਵਸਪਾ ਦੀ ਮੀਟਿੰਗ ਹੋਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੇਕਰ 30 ਤਰੀਕ ਤੱਕ ਬਿਜਲੀ ਦੀਆਂ ਤਾਰਾਂ ਨਾ ਚੱਕੀਆਂ ਗਈਆਂ ਤਾਂ ਉਹ ਬਿਜਲੀ ਦਫ਼ਤਰ ਅਪਰਾ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦੇਣਗੇ, ਜਿਸ ਦਾ ਜ਼ਿੰਮੇਵਾਰ ਬਿਜਲੀ ਬੋਰਡ ਹੋਵੇਗਾ। ਇਸ ਮੌਕੇ ਲਾਲਚੰਦ, ਔਜਲਾ, ਤੀਰਥ ਰਾਜਪੁਰਾ, ਕਾਂਤੀ ਮੋਹਨ ਵੀ ਹਾਜ਼ਰ ਸਨ। ਅੱਜ ਅਪਰਾ ਦੇ ਵਿੱਚ ਜੋ ਢਾਬ ਮਹੱਲਾ ਅਤੇ ਡਾਕਟਰ ਭੀਮਰਾਓ ਅੰਬੇਡਕਰ ਮਹੱਲਾ ਦੇ ਅੰਦਰ 11 ਕੇਵੀ ਦੀਆਂ ਜਿਹੜੀਆਂ ਤਾਰਾਂ ਘਰਾਂ ਦੇ ਵਿੱਚ ਲੰਘ ਰਹੀਆਂ, ਉਹਦੇ ਸੰਬੰਧ ਦੇ ਵਿੱਚ ਜੋ ਘਰਾਂ ਦੇ ਲੋਕ ਪੀੜਿਤ ਨੇ ਔਰ ਉਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਅੱਜ ਦੁਬਾਰਾ ਫਿਰ ਜਿਹੜੀ ਆ ਇੱਥੇ ਲੋਕਲ ਸਾਥੀਆਂ ਦੀ ਔਰ ਬਹੁਜਨ ਸਮਾਜ ਪਾਰਟੀ ਦੇ ਜ਼ਿੰਮੇਵਾਰ ਸਾਥੀਆਂ ਦੀ ਮੀਟਿੰਗ ਹੋਈ। ਔਰ ਇਸ ਦੇ ਵਿੱਚ ਕਿਉਂਕਿ ਜੋ ਪਿਛਲੇ ਸਮੇਂ ਦੇ ਅੰਦਰ ਲਗਭਗ 1 ਮਹੀਨਾ ਤੱਕ ਪਹਿਲਾਂ ਅਸੀਂ ਇਸ ਸਮੱਸਿਆ ਨੂੰ ਹੱਲ ਕਰਾਉਣ ਦੇ ਲਈ ਜਿਹੜਾ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਸੀਗਾ ਲੋਕਲ ਸਾਥੀਆਂ ਨੇ, ਔਰ ਇਸ ਕਰਕੇ ਉੱਥੇ ਦੇ ਜਿਹੜੇ ਸਾਡੇ ਲੋਕਲ ਉੱਚ ਅਧਿਕਾਰੀ ਹੈ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਸੀਗਾ ਕਿ ਅਸੀਂ ਇਸ ਸਮੱਸਿਆ ਨੂੰ 20 ਦਿਨਾਂ ਦੇ ਵਿੱਚ ਹੱਲ ਕਰ ਲਿਆਂਗੇ। ਪਰ ਅੱਜ ਇਹ ਸਮੱਸਿਆ ਜਿਹੜੀ ਆ ਜਿਉਂ ਦੇ ਤਿਉਂ ਪਈ ਹੈ ਔਰ 20 ਦੀ ਬਜਾਏ ਲਗਭਗ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ, ਹਜੇ ਤੱਕ ਵੀ ਇਹ ਸਮੱਸਿਆ ਜਿਹੜੀ ਆ ਹੱਲ ਨਹੀਂ ਹੋ ਰਹੀ। ਇਸ ਕਰਕੇ ਅੱਜ ਜਿਹੜੇ ਪੀੜਿਤ ਲੋਕ ਆ ਉਹਨਾਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਪ੍ਰਸ਼ਾਸਨ ਨੂੰ, ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ, ਉੱਚ ਅਧਿਕਾਰੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਅਗਰ ਇਹ ਸਮੱਸਿਆ ਜਿਹੜੀ ਆ ਤੁਸੀਂ ਸਮੇਂ ਸਿਰ ਹੱਲ ਨਾ ਕੀਤੀ ਤਾਂ ਲੋਕਲ ਸਾਥੀ ਔਰ ਬਹੁਜਨ ਸਮਾਜ ਪਾਰਟੀ ਵਾਲੇ ਲੜਕੇ ਅਸੀਂ ਜਿਹੜਾ 30 ਤਰੀਕ ਨੂੰ ਦਿਨ ਮੰਗਲਵਾਰ ਨੂੰ ਜਿਹੜਾ ਸਾਨੂੰ ਫਿਰ ਸੜਕਾਂ 'ਤੇ ਬੈਠ ਕੇ ਜਿਹੜਾ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਏਗਾ ਔਰ ਇਹਦੇ ਜਿਹੜੇ ਛਿੱਟੇ ਹੋਣਗੇ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ। ਔਰ ਇਸ ਕਰਕੇ ਅਸੀਂ ਦੁਬਾਰਾ ਫਿਰ ਅਪੀਲ ਕਰਦੇ ਹਾਂ ਕਿ 30 ਤਰੀਕ ਤੋਂ ਪਹਿਲਾਂ ਅਗਰ ਇਹਨਾਂ ਉੱਚ ਅਧਿਕਾਰੀਆਂ ਨੇ ਇਸ ਸਮੱਸਿਆ ਦਾ ਸਮਾਧਾਨ ਨਾ ਕੀਤਾ ਤਾਂ ਇਲਾਕੇ ਦੇ ਲੋਕ ਇਕੱਠੇ ਹੋ ਕੇ ਔਰ ਉਹਦੇ ਵਿੱਚ ਜਿਹੜਾ ਅਸੀਂ ਜਿਹੜਾ 30 ਤਰੀਕ ਨੂੰ ਜਿਹੜਾ ਰੋਸ ਧਰਨਾ ਜਿਹੜਾ ਉਹ ਦਿੱਤਾ ਜਾਏਗਾ ਔਰ ਉਹ ਕਿੰਨਾ ਚਿਰ ਚੱਲੇਗਾ, ਜਿੰਨਾ ਚਿਰ ਸਮੱਸਿਆ ਦਾ ਸਮਾਧਾਨ ਨਹੀਂ ਹੋਏਗਾ ਇਹ ਲਗਾਤਾਰ ਸੰਘਰਸ਼ ਜਿਹੜਾ ਜਾਰੀ ਰਹੇਗਾ। ਇਹ ਮੈਂ ਕੁਝ ਕਹਿੰਦਾ ਹੋਇਆ ਸਾਰੇ ਸਾਥੀਆਂ ਨੂੰ ਧੰਨਵਾਦ ਕਰਦੇ ਹਾਂ।